ਦੀ ਜ਼ਿਆਰਤ ਕਰਦਾ ਹੈ। ਐਡੇ ਵੱਡੇ ਪੀਰ ਮੁਰੀਦ ਹੋਣ ਤੇ ਫਿਕਰ ਹੋਏ ਕਿਤੇ ਨਮਾਜ਼ ਨਾ ਟੁੱਟ ਜਾਏ, ਫਿਕਰ ਹੋਏ ਕਿਤੇ ਕਿਤੇ ਨਮਾਜ਼ ਨਾ ਟੁੱਟ ਜਾਏ। ਅਸੀਂ ਉਹਨਾਂ ਦੇ ਮਰੀਦ, ਅਸੀਂ ਉਹਨਾਂ ਦੇ ਨਾਂ ਤੋਂ ਖਾਣ ਵਾਲੇ, ਅਸੀਂ ਉਹਨਾਂ ਦੇ ਨਾਂ ਤੋਂ ਲੰਗਰ ਖਾਣ ਵਾਲੇ, ਖਾਣੇ ਵੀ ਆ, ਲਿਆਨੇ ਵੀ ਆ, ਪਾਣੇ ਵੀ ਆ, ਸਭ ਕੁਛ ਕਰਦੇ ਹਾਂ। ਜਦੋਂ ਨਮਾਜ਼ ਦਾ ਟਾਈਮ ਹੁੰਦਾ ਹੈ ਉਦੋਂ ਮਸੀਤ ਖਾਲੀ ਕਰ ਦਿੰਦੇ ਹਾਂ। ਇਹ ਮੌਲਾ ਅਲੀ ਦੀ ਗੁਲਾਮੀ ਨਹੀਂ, ਮੌਲਾ ਅਲੀ ਦੀ ਗੁਲਾਮੀ ਇਹ ਹੈ। ਹਜ਼ਰਤ ਮੌਲਾ ਅਲੀ ਜਦੋਂ ਨਮਾਜ਼ ਪੜ੍ਹਦੇ ਰਹੇ ਨੇ ਨਾ, ਸਾਨੂੰ ਤੇ ਮੱਛਰ ਥੋੜਾ ਜਿਹਾ ਚੁੱਪ ਜਾਏ, ਪੱਖਾ ਬੰਦ ਹੋ ਜਾਏ, ਲੈਟ ਚੱਲ ਜਾਏ ਜਾਂ ਪੱਖਾ ਖਰਾਬ ਹੋ ਜਾਏ, ਅਸੀਂ ਮਸਜਿਦ ਦੀ ਇੰਤਜ਼ਾਮੀਆਂ ਦੀ ਲਾ ਕੇ ਫਾਹ ਕਰਕੇ ਰੱਖ ਛੱਡਦੇ ਹਾਂ। ਆ ਪੱਖਾ ਨਹੀਂ ਠੀਕ ਕਰਾਇਆ, ਤੁਸੀਂ ਐਂ ਨਹੀਂ ਕੀਤਾ, ਤੁਸੀਂ ਉਹਨੇ ਨਹੀਂ ਕੀਤਾ। ਮੌਲਾ ਅਲੀ ਇੱਕ ਦਿਨ ਨਾ, ਮੌਲਾ ਅਲੀ ਦੇ ਇੱਕ ਵਾਰੀ ਪਿੰਡਲੀ ਮੁਬਾਰਕ ਦੇ ਅੰਦਰ ਤੀਰ ਲੱਗਾ, ਸਾਹਬਾ ਜੀ ਤੋਂ ਹੱਥਾਂ ਤੇ ਦਰਦ ਹੁੰਦੀ ਸੀ, ਸਾਹਬਾ ਜੀ ਕੀ ਸੋਹਣਿਆ ਕਿਵੇਂ ਕੱਢੀਏ। ਮੌਲਾ ਅਲੀ ਨੇ ਫਰਮਾਇਆ ਇੱਕ ਤਰੀਕਾ ਹੈ, ਜੀ ਸੋਹਣਿਆ ਕਿਦੋਂ? ਫਰਮਾਇਆ ਜਦੋਂ ਅਲੀ ਨਮਾਜ਼ ਦੇ ਅੰਦਰ ਖਲੋ ਜਾਏ ਤੁਸੀਂ ਕੱਢ ਲਿਆ। ਆਓ ਅਲੀ ਦਾ ਨਿਮਨ ਹਜ਼ਰਤ ਮੌਲਾ ਅਲੀ ਕਰਮ ਅੱਲਾਹੁ ਤਾਲਾ ਵਜਹੁ ਕਰੀਮ ਜਨਾਬੇ ਆਲਾ ਨਮਾਜ਼ ਦੇ ਅੰਦਰ ਖੜੇ ਹੋਏ, ਸਾਹਬਾ ਨੇ ਪਿੰਡਲੀ ਮੁਬਾਰਕ ਦੇ ਅੰਦਰੋਂ ਤੀਰ ਖਿੱਚ ਲਿਆ। ਮੌਲਾ ਅਲੀ ਕਰਮ ਅੱਲਾਹੁ ਤਾਲਾ ਵਜਹੁ ਕਰੀਮ ਜਦੋਂ ਸਲਾਮ ਫੇਰੀ, ਸਲਾਮ ਫੇਰਨ ਤੋਂ ਬਾਅਦ ਸ਼ਿਕਾਇਤਾਂ ਲਾਣੀਆਂ, ਮਸਜਿਦ ਨੇ ਸ਼ਿਕਾਇਤਾਂ ਲਾਣੀਆਂ, ਸਾਰੇ ਇਸ ਮਹੀਨੇ ਦਾ